ਪੰਜਾਬ ਫੋਕਸ ਚੈਨਲ ਤੇ ਤੁਹਾਡਾ ਸਵਾਗਤ ਹੈ। ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਦੇ ਵਿਰੋਧ ਵਿੱਚ ਪਿੰਡ ਨੰਗਲ ਗੁਰੂ ਅੰਮ੍ਰਿਤਸਰ ਦੇ ਸਰਪੰਚ ਤੇ ਇਲਾਕਾ ਨਿਵਾਸੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਵਾਹਿਗੁਰੂ ਜੀ ਕੀ ਫਤਿਹ। ਜੋ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਵੀ ਜ਼ਿਮੀਦਾਰਾਂ ਨੂੰ ਬਰਬਾਦ ਕਰਨ ਦਾ, ਉਹਦੇ ਸਬੰਧ ਦੇ ਰੋਸ ਵਜੋਂ ਅੱਜ ਰੈਲੀ ਕੱਢੀ ਆ ਨੰਗਲ ਗੁਰੂ ਪਿੰਡ ਨੇ। ਸਾਰਿਆਂ ਦਾ ਇਹ ਵਿਚਾਰ ਆ ਵੀ ਜਿਹੜਾ ਐਡੀਨੈਂਸ ਪਾਸ ਕੀਤਾ ਗਿਆ ਉਹਨੂੰ ਫਿਰ ਬੰਦ ਕੀਤਾ ਜਾਵੇ। ਅਸੀਂ ਕਹਿੰਦੇ ਵੀ ਮੋਦੀ ਸਰਕਾਰ ਮੁਰਦਾਬਾਦ। ਚਲੋ